ਹੁਣ ਬਤਕਾਂ ਰੱਖਣ ਦਾ ਰਿਵਾਜ ਵੀ ਆਮ ਲੋਕਾਂ ਦੇ ਵਿੱਚ ਵੱਧ ਰਿਹਾ। ਪਹਿਲਾਂ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਹੁੰਦੀ ਬਤਕਾਂ ਦੀ, ਹੁਣ ਵਿਦੇਸ਼ੀ ਨਸਲ ਦੀਆਂ ਬਤਕਾਂ ਵੀ ਲੋਕ ਬਹੁਤ ਮੰਗਾ ਕੇ ਰੱਖਦੇ ਆ ਅਤੇ ਦੇਸੀ ਵੀ ਰੱਖਦੇ ਆ। ਤੁਹਾਨੂੰ ਇੱਕ ਇਹੋ ਜਿਹਾ ਸੱਜਣ ਹੀ ਮਿਲਾਉਣਾ ਵੀ ਜਿਹਨੂੰ ਜਾਣਕਾਰੀ ਵੀ ਬਤਕਾਂ ਬਾਰੇ ਬਹੁਤ ਆ ਅਤੇ ਦੋ ਤਿੰਨ ਕਿਸਮ ਦੀਆਂ ਬਤਕਾਂ ਰੱਖਦਾ ਵੀ ਆ ਬਾਈ। ਆ ਜਾਓ ਆਪਾਂ ਕਰਦੇ ਹਾਂ ਖੁੱਲ੍ਹੀਆਂ ਗੱਲਾਂ ਬਾਤਾਂ ਕਰਦੇ ਹਾਂ ਅਤੇ ਲੈਂਦੇ ਹਾਂ ਢੇਰ ਸਾਰੀ ਜਾਣਕਾਰੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਵਾੜਾ ਕਿਸ਼ਨਪੁਰਾ ਪਿੰਡ 'ਚ ਹਾਂ, ਸ੍ਰੀ ਮੁਕਤਸਰ ਸਾਹਿਬ ਦੇ ਕੋਲ, ਅਤੇ ਸਾਡੇ ਨਾਲ ਬਾਈ ਜਸਵਿੰਦਰ ਅੱਜ ਫੇਰ। ਅਤੇ ਤੁਹਾਨੂੰ ਮੈਂ ਦੱਸਦਾ ਵੀ ਬਤਕਾਂ ਆਪਣੇ ਕੋਲ ਚਾਰ ਪੰਜ ਤਰ੍ਹਾਂ ਦੀਆਂ, ਮੈਨੂੰ ਤਾਂ ਨਹੀਂ ਭਰਾਵੋ ਉਹਨਾਂ ਦੇ ਨਾਮ ਪਤਾ, ਅਤੇ ਬਾਈ ਤੋਂ ਹੀ ਆਪਾਂ ਪੁੱਛਦੇ ਹਾਂ। ਬਾਈ ਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਮਿਹਰਬਾਨੀ। ਵੀਰੇ ਗੱਲ ਇਉਂ ਆ, ਪਹਿਲਾਂ ਤਾਂ ਵੀਰੇ ਨਾਂ ਹੀ ਦੱਸਦੇ ਯਾਰ, ਹੈ ਕਿਹੜੇ ਇਹ? ਨਾਂ ਬਹੁਤ ਔਖੇ, ਮੈਂ ਤਿੰਨ ਵਾਰੀ ਪੁੱਛ ਰਿਹਾ ਪਹਿਲਾਂ। ਨਾਂ ਬਾਈ ਇੱਕ ਤਾਂ ਜਿਹੜੀ ਆ ਵਾਈਟ ਫਿਰਦੀ, ਇਹ ਤਾਂ ਹੈਗੀ ਆ ਰਾਜਹੰਸ। ਇਹ ਤਾਂ ਮੈਂ ਆਪ ਪਿੰਡ ਦੇ ਛੱਪੜਾਂ 'ਚ ਦੇਖੀ ਆ। ਹਾਂ, ਰਾਜਹੰਸ ਕਹਿ। ਹਾਂ ਹਾਂ ਹਾਂ, ਇਹ ਆੜੀ ਬੋਲੀ ਜਾਂਦੀ। ਹਾਂ, ਆ ਹੈਗੀ ਮਸਕੋਬੀ। ਆਹਾ, ਆ ਮਸਕੋਬੀ ਅਮਰੀਕਾ ਦੀ ਇਹ ਨਵੀਂ ਬਰੀਡ ਆਈ ਆ ਹੁਣ ਥੋੜਾ ਟਾਈਮ ਪਹਿਲੇ ਆ। ਹਾਂ, ਤੇ ਆ ਹੈਗੀਆਂ ਜਿਹੜੀਆਂ ਤੁਰੀਆਂ ਜਾਂਦੀਆਂ, ਇਹ ਇੰਡੀਅਨ ਰਨਰ ਤੇ ਖਾਕੀ ਚੈਂਬਲ, ਉਹ ਜਿਹੜੇ ਪਰੇ ਤੁਰੇ ਜਾਂਦੇ ਆ, ਪਰੇ ਤੁਰੇ ਜਾਂਦੇ ਜਿਹੜੇ। ਠੀਕ ਆ। ਇਹ ਅੰਡਾ ਬਹੁਤ ਜ਼ਿਆਦਾ ਦਿੰਦੀ ਹੈ ਤੇ ਇਹਦਾ ਅੰਡਾ, ਮੰਨ ਲਾ ਬਤਕ ਤਾਂ ਕੋਈ ਵੀ ਸ਼ੂਗਰ ਵਾਸਤੇ ਬਹੁਤ ਵਧੀਆ ਇਹਨਾਂ ਦਾ ਅੰਡਾ। ਹਾਂਜੀ, ਤੇ ਇਹ ਚਾਰ ਵਰਾਈਟੀਆਂ ਆਪਣੇ ਕੋਲ ਹੈਗੀਆਂ, ਰਾਜਹੰਸ ਤੇ ਆਪਣੇ ਮਸਕੋਬੀ ਤੇ ਖਾਕੀ ਚੈਂਬਲ ਤੇ ਇੰਡੀਅਨ ਰਨਰ। ਇੰਡੀਅਨ ਰਨਰ, ਹਾਂਜੀ। ਆ ਮੂਰੇ ਕਿਹੜੇ ਆ ਜਿਹੜਾ ਸਿਲਵਰ ਜਿਹਾ ਚੋਗਾ ਚੋਗ ਦੀ ਜਿਹੜੀ? ਇਹ ਇਹ ਖਾਕੀ ਚੈਂਬਲ, ਖਾਕੀ ਚੈਂਬਲ ਹੈ ਨਾ, ਖਾਕੀ ਚੈਂਬਲ। ਤੇ ਰਨਰ ਕਿਹੜਾ ਹੈ ਇਹਨਾਂ ਚੋਂ? ਰਨਰ ਉਹ ਜਿਹੜੇ ਚਿੱਟੇ ਫਿਰਦੇ ਆ, ਚਿੱਟੇ ਫਿਰਦੇ ਆ, ਚੁੰਝਾਂ ਦੇ ਚਿੱਟੇ ਬੈਠਵੇਂ ਜਿਹਾ। ਹਾਂ, ਚਿੱਟੀ ਪੈਰ ਆ ਉਹਨਾਂ ਦੇ, ਲੋ ਪ੍ਰੋਫਾਈਲ ਆ ਜਿਹੜੀ, ਲੋ ਪ੍ਰੋਫਾਈਲ ਵਾਲੀਆਂ। ਹਾਂ, ਉਹਦੀ ਵਧੀਆ ਮੰਨ ਲਾ ਡਿਮਾਂਡ ਕਰਦੇ ਆ ਲੋਕ। ਤੇ ਇਹ ਬਈ ਇੱਤੇ ਕਿਹੜੇ ਹੁੰਦੇ ਆ ਫਿਰ? ਇੱਤੇ ਵੀ ਇਹਨਾਂ ਨੂੰ ਕਹਿੰਦੇ ਆ, ਉਹ ਜਿਹੜੇ ਪਰੇ ਤੁਰੇ ਫਿਰਦੇ ਆ। ਹਾਂ, ਜਿਹੜੇ ਤੁਹਾਨੂੰ ਨਾਂ ਦੱਸਿਆ ਇੰਗਲਿਸ਼ 'ਚ ਦੱਸਿਆ ਤੇ ਆਪਣੇ ਪੰਜਾਬੀ 'ਚ ਇਹਨਾਂ ਨੂੰ ਇੱਤੇ ਕਹਿ ਦਿੰਦੇ ਆ, ਤੇ ਜਿਵੇਂ ਠੇਠ ਪੰਜਾਬੀ 'ਚ ਬਤਕਾਂ ਕਹਿ ਦਿੰਦੇ। ਬਤਕਾਂ ਹੀ ਆ ਸਾਰੀਆਂ ਫਿਰ, ਬਤਕਾਂ ਹੀ ਆਪਣੇ। ਹਾਂ, ਕੋਈ ਬੈਠਵੀਆਂ ਜਾਂ ਕੋਈ ਖੜਵੀਆਂ ਜੀਆਂ ਹਨਾ, ਇਹ ਅੱਡੋ ਅੱਡ ਵਰਾਇਟੀ ਜਿਵੇਂ ਆ, ਇਹ ਰੌਲਾ ਬਹੁਤ ਪਾਉਂਦੀ ਆ, ਰਾਖੀ ਬਹੁਤ ਰੱਖਦੀ ਆ ਜਿਵੇਂ ਉਹ ਆ, ਤੇ ਉਹ ਅੰਡਾ ਬਹੁਤ ਜ਼ਿਆਦਾ ਦਿੰਦੀ ਆ ਖਾਣ ਨੂੰ। ਕੰਮ ਖਾਣ ਨੂੰ ਸ਼ੂਗਰ ਵਾਸਤੇ ਤਾਂ ਅੰਡਾ ਸਾਰਿਆਂ ਦਾ ਵਧੀਆ। ਤੇੜੀ ਮਸਕੋਬੀ ਆ, ਇਹਦਾ ਬਸ ਐ ਧੀਮੀ ਧੀਮੀ ਮਸਤ ਮਸਤ ਹੌਲੀ ਹੌਲੀ ਆਰਾਮ ਨਾਲ, ਇਹਨਾਂ ਨੂੰ ਕੋਈ ਲੈਣਾ ਦੇਣਾ ਨੀ ਕਿਸੇ ਨਾਲ, ਸ਼ੋ ਪੀਸ ਆਪਦੀ ਟੋਹਰ ਨਾਲ ਇਹਨਾਂ ਨੇ ਮਸਤ ਪੁੱਛਾਂ ਜਿਹੀਆਂ ਹਿਲਾਉਂਦੇ ਫਿਰਦੇ ਰਹਿਣਾ। ਇਹ ਨਵੀਂ ਵਧੀਆ ਚੀਜ਼ ਆ। ਤੇ ਇੱਕ ਗੱਲ ਹੋਰ ਆ ਬਾਈ, ਇਹ ਪਾਣੀ ਨਹੀਂ ਭਾਲਦੀਆਂ ਫਿਰ? ਪਾਣੀ ਜਿਹੜੀ ਤਾਂ ਹੈਗੀ ਆ ਬਾਈ ਆਮ ਬਤਕਾ, ਹਾਂ ਸਾਹਾ, ਇਹ ਤਾਂ ਪਾਣੀ ਭਾਲਦੀ ਆ ਬਹੁਤ ਜ਼ਿਆਦਾ। ਹਾਂ, ਪਾਣੀ ਬਿਨਾਂ ਇਹ ਰੌਲਾ ਵੀ ਬਹੁਤ ਪਾਉਂਦੀ ਆ, ਤੇ ਮੰਨ ਲਾ ਵੀ ਮਾਹੌਲ ਜਾਂ ਵੀ ਪਾਣੀ ਵਾਲਾ ਪਾਣੀ 'ਚ ਰਹਿ ਕੇ ਜ਼ਿਆਦਾ ਖੁਸ਼ ਆ। ਹਾਂ, ਤੇ ਜਿਹੜੀ ਆਹ ਇਹ ਮੰਨ ਲਾ ਵੀ ਕੋਈ ਜ਼ਿਆਦਾ ਜ਼ਰੂਰਤ ਨਹੀਂ, ਮੇਨਟੇਨ ਕਰ ਲੈਂਦੀ ਆ ਪਾਣੀ ਤੋਂ ਬਗੈਰ। ਅੱਛਾ, ਵੀ ਪੀਣ ਪੂਣ ਵਾਸਤੇ ਇਹਨਾਂ ਨੂੰ ਮਿਲੀ ਜਾਵੇ ਜਾਂ ਨਾਲ ਨਿੱਕਾ ਜਿਹਾ ਟੋਭਾ ਜਿਹਾ ਪੱਟ ਕੇ ਛੱਡ ਦੇ, ਤੇ ਪਾਣੀ 'ਚ ਮੰਨ ਲਾ ਵੀ ਵਧੀਆ ਇਹ ਸਾਰ ਲੈਂਦੀ ਆ, ਉਹਨੂੰ ਪਾਣੀ ਬਹੁਤ ਜ਼ਰੂਰ ਆ। ਚਿੱਟੀ ਨੂੰ, ਚਿੱਟੀ ਉਹਨੂੰ ਬਹੁਤ ਜ਼ਰੂਰੀ ਆ ਪਾਣੀ। ਇਹ ਪਿੰਡ ਦੇ ਛੱਪੜਾਂ 'ਚ ਫਿਰਦੇ? ਹਾਂ, ਬਾਕੀ ਇਹ ਜੀਆ ਜੰਤ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਖਾਂਦੀ ਆ। ਪਾਣੀ ਸਾਫ਼ ਵੀ ਰੱਖਦੀ ਆ ਪਾਣੀ ਬਾਈ, ਜੇ ਜੋ ਇਹਨਾਂ ਮੰਨ ਲਾ ਵਿੱਚ ਕੀੜਾ ਮਕੌੜਾ ਘਾਹ ਫੂਸ ਗੰਦ ਪਿੱਲ ਸਭ ਇਹਨਾਂ ਨੇ ਖਾ ਲੈਣਾ। ਇਹਦਾ ਮਤਲਬ ਯਾਰ ਪਿੰਡਾਂ ਦੇ ਛੱਪੜਾਂ 'ਚ ਛੱਡਣੀਆਂ ਚਾਹੀਦੀਆਂ, ਛੱਡਣੀਆਂ ਚਾਹੀਦੀਆਂ, ਨਾਲੇ ਤਾਂ ਸੋਹਣੀਆਂ ਬਹੁਤ ਲੱਗਦੀਆਂ, ਰੌਣਕ ਬਹੁਤ ਲੱਗਦੀ ਇਹਨਾਂ ਨਾਲ ਫਿਰਦੀਆਂ ਰਹਿੰਦੀਆਂ, ਤੇ ਬੱਚੇ ਛੋਟੇ ਛੋਟੇ ਬਾਹਲੇ ਸੋਹਣੇ ਲੱਗਦੇ ਇਹਨਾਂ ਦੇ ਮਗਰ। ਸੁੱਖ ਨਾਲ ਲੇਕ ਹੀ ਬਣ ਜੂ ਫਿਰ ਤਾਂ ਛੱਪੜ ਵੀ? ਨਹੀਂ, ਬਹੁਤ ਪਿੰਡਾਂ 'ਚ ਛੱਡੀਆਂ ਹੋਈਆਂ ਬਾਈ ਜੀ। ਹਾਂ ਵੀਰੇ, ਬਹੁਤ ਮੈਂ ਜਗਰਾਉਣ ਲੈ ਗਏ, ਮੇਰੇ ਕੋਲ 25-30 ਨਗ ਸੀ, ਸਾਰੀਆਂ ਮੈਂ ਛੱਡੀਆਂ ਹੋਈਆਂ ਸੀ ਇੱਥੇ ਪਿੰਡ ਵਾਲੇ ਛੱਪੜ ਦੇ ਵਿੱਚ। ਠੀਕ ਆ, ਹਾਂਜੀ ਹਾਂਜੀ। ਤੇ ਇਹ ਭਾਈ ਰੇਟ ਵੀ ਫਰਾਡਡ ਹੁੰਦਾ? ਰੇਟ ਬਿਲਕੁਲ ਹਰਪੇ ਜੀ ਵੀਰੇ, ਕੀ ਹੁੰਦਾ ਫਿਰ ਇਹਦੇ ਵਿੱਚ ਜਿਹੜਾ ਰਾਜਹੰਸ ਜਾਂ ਫਿਰਦਾ? ਇਹ ਤਾਂ ਮੰਨ ਕੇ ਚਲੋ ਵੀ ਇਹ ਪੁਰਾਣੀ ਬਤਕਾ, ਸਸਤੇ ਭਾਲ ਪਿੰਡਾਂ 'ਚ ਬਹੁਤ ਹੈ। ਹਾਂ, ਤੇ ਇਹਦਾ ਰੇਟ ਤਾਂ ਹੈਗਾ ਨੋਰਮਲ। ਹਾਂ, ਉਦੋਂ ਬਾਅਦ ਰੇਟ ਥੋੜਾ ਜਿਹਾ ਹਾਈ ਆ ਜਾਂਦਾ ਜਿਹੜੀ ਖਾਕੀ ਜੀ ਆ, ਖਾਕੀ ਚੈਂਬਲ ਔਰ ਦੇ ਬਸ ਤਿੰਨ ਜਿਹੜੀਆਂ। ਹਾਂ, ਜਿਹੜਾ 3-4 ਨਾਗ ਫਿਰਦੇ ਆ। ਹਾਂ, ਇਹਨਾਂ ਦਾ ਥੋੜਾ ਜ਼ਿਆਦਾ ਰੇਟ ਆ ਜਾਂਦਾ ਉਹਨਾਂ ਦਾ ਚਿੱਟੀਆਂ ਦਾ। ਹਾਂ, ਤੇ ਇਹਨਾਂ ਤਿੰਨਾਂ ਨਾਲੋਂ ਮਹਿੰਗੀਆਂ ਹੈਗੀਆਂ ਆ ਉਹ ਨਵੀਆਂ, ਜਿਹੜੀ ਘੱਟ ਵੈਰਾਈਟੀ ਆਈ ਉਹ ਪਰੇ ਜਾਂਦੀਆਂ ਜਿਹੜੀਆਂ, ਮਸਕੋਬੀ ਕਹਿ ਦਿੰਦੇ ਇਹਨਾਂ ਨੂੰ। ਠੀਕ ਆ, ਮਹਿੰਗੀਆਂ ਇਹਦੇ ਵਿੱਚ ਮੰਨ ਲਓ ਬਤਕਾਂ ਦੀਆਂ ਤਾਂ ਇਹੋ ਜਿਹੀਆਂ ਨਸਲਾਂ ਤੋਂ ਯਕੀਨ ਨਹੀਂ ਮੰਨਣਾ, 2-2 ਲੱਖ ਦਾ ਵੀ ਜੋੜਾ ਪਿਆ। ਅੱਛਾ, ਹਾਂ, ਮੰਨ ਲਾ ਵੀ ਵਰਾਇਟੀਆਂ ਉਹਨਾਂ ਦੀ ਧੌਣ 3-3-4-4 ਫੁੱਟ ਲੰਮੀ ਹੁੰਦੀ ਆ, ਬਲੈਕ ਇਹ ਕਲਰ ਦੀਆਂ, ਉਹ 2-2.5 ਲੱਖ ਦਾ ਜੋੜਾ। ਹਾਂ, ਵਰਾਇਟੀਆਂ ਬਹੁਤ ਆ ਇਹਦੇ ਵਿੱਚ, ਵਰਾਇਟੀ ਬਹੁਤ ਆ ਬਈ। ਖਾਣ ਨੂੰ ਫਿਰ ਖਾਣ ਨੂੰ ਬਈ ਇਹ ਮੰਨ ਕੇ ਚੱਲ ਵੀ ਵੈਸੇ ਤਾਂ ਪਾਣੀ 'ਚੋਂ ਜੀਆ ਜਾਣ ਤਾਂ ਜ਼ਿਆਦਾ ਪਸੰਦ ਕਰਦੀਆਂ, ਤੇ ਫੀਡ ਫੂਡ ਕਣਕ ਹੋ ਗਈ ਜਾਂ ਸਬਜ਼ੀਆਂ ਦੇ ਛਿਲਕੇ ਹੋ ਗਏ, ਫਲਾਂ ਦੇ ਛਿਲਕੇ, ਘਾਹ ਫੂਸ ਤੇ ਬਹੁਤ ਖਾਂਦੀਆਂ ਇਹ, ਤੇ ਪਾਣੀ ਦੇ ਵਿੱਚ ਰਹਿ ਕੇ ਮੰਨ ਲਾ ਵੀ ਜ਼ਿਆਦਾ। ਤੇ ਆਹ ਹਰਾਜਾ ਕੀ ਪਾਇਆ ਤੁਸੀਂ? ਇਹ ਫੀਡ ਆ ਬਾਈ, ਫੀਡ, ਇਹ ਫੀਡ ਆਉਂਦੀ ਹੈ ਇਹਨਾਂ ਦੀ, ਮੰਨ ਲਾ ਗੋਦਰੇਜ ਕੰਪਨੀ ਦੀ ਸਪੈਸ਼ਲ। ਅੱਛਾ, ਜੇ ਮੰਨ ਲਾ ਵੀ ਆਪਾਂ ਕਣਕ ਵਗੈਰਾ ਜਿਵੇਂ ਹੁਣ ਸ਼ਹਿਰਾਂ 'ਚ ਰੱਖਦਾ ਕੋਈ ਬੰਦਾ ਜਾਂ ਖੇਤੀ ਨਹੀਂ ਕਰਦਾ ਤੇ ਕਣਕ ਮੰਨ ਲਾ ਮੁਸ਼ਕਿਲ ਆਪਦੀ ਨਹੀਂ ਬੀਜਦਾ, ਤਾਂ ਉਹ ਫੀਡ ਲੈ ਸਕਦੇ, ਇਹਦੇ ਵਿੱਚ ਸਾਰੇ ਤੱਤ ਹੁੰਦੇ ਆ,
ਕੈਲਸ਼ੀਅਮ ਵਗੈਰਾ ਵਿਟਾਮਿਨ ਵਗੈਰਾ ਇਹ ਆਪਾਂ ਪਾ ਸਕਦੇ ਇਹ ਵੀ ਖੁੱਲੇ ਡੁੱਲੇ ਮਾਹੌਲ ਵਾਲਾ ਹੀ ਹੈ ਯਾਰ ਖੁੱਲੇ ਜੋ ਮਰਜ਼ੀ ਪਾਓ ਕੋਈ ਚੱਕਰ ਨਹੀਂ ਖੁੱਲੇ ਮੁੱਲੇ ਵਧੀਆ ਮਾਹੌਲ ਚਾਹੀਦਾ ਸੋਹਣਾ ਲੱਗਦਾ ਬਿਮਾਰੀ ਬਿਮੂਰੀ ਕੀ ਪੈਂਦੀ ਬਿਮਾਰੀ ਇਹਨਾਂ ਨੂੰ ਨਹੀਂ ਪੈਂਦੀ ਬਤਕ ਤੇ ਜਿਹੜਾ ਗਿੰਨੀ ਫੋਲ ਆ ਚੁਰ ਚਰਾ ਇਹਨੂੰ ਬਹੁਤ ਘੱਟ ਬਿਮਾਰੀ ਇਹ ਘੱਟ ਚਾਂਸ ਕੁਦਰਤੀ ਵੇਖੋ ਮਹਾਰਾਜ ਨਾ ਕਰੇ ਤੇ ਪਰ ਨਹੀਂ ਮੇਰੇ ਕੋਲੇ ਨਹੀਂ ਕੇ ਬਿੰਡੀ ਖਤਰਨਾਕ ਹੋਈ ਗੱਲ ਨਹੀਂ ਕੋਈ ਹਾਂ ਨਹੀਂ ਤੇ ਇਹ ਜੇ ਵੈਰਾਈਟੀ ਵੀ ਬਹੁਤ ਹੋਊਗੀ ਬਾਈ ਕਿੱਥੋਂ ਜਿਹੜੀ ਆ ਮਸਕੋਬੀ ਹੈ ਕਿੱਥੋਂ ਦੀ ਹੈ ਇਹ ਅਮਰੀਕਾ ਦੀ ਬਰੀਡ ਆ ਬਾਈ ਤੇ ਜਿਹੜਾ ਰਾਜਾਂਸਾ ਹੈ ਰਾਜਾਂਸੇ ਤਾਂ ਆਪਣੀ ਇੰਡੀਆ ਦਾ ਆਪਣਾ ਹੀ ਹੋ ਗਿਆ ਬਹੁਤ ਪੁਰਾਣਾ ਤੇ ਜਿਹੜੇ ਫਿਰ ਦੂਜੇ ਆ ਹੋਰ ਫਿਰਦੇ ਸੀ ਰਨਰ ਜੇ ਇੰਡੀਆ ਦੇ ਰਨਰ ਇਹ ਇਹਦੀ ਬਰੀਡ ਵੀ ਜਿੱਦਾਂ ਗਿੰਨੀ ਫੌਲ ਦੀ ਹੁੰਦੀ ਆ ਤੇ ਸਾਰੀ ਇਹਦੀ ਜਿਹੜੀ ਹੈਚਿੰਗ ਆ ਯੂਪੀ ਸਾਈਡ ਹੁੰਦੀ ਆ ਉਧਰੋਂ ਬੱਚਾ ਮੰਨ ਲਾ ਵੀ ਹਜ਼ਾਰਾਂ ਦੀ ਕੁਆਂਟੀਟੀ ਦੇ ਵਿੱਚ ਅੱਜ ਦਾ ਮੁਕਸਰ ਘੋੜਿਆਂ ਵਾਲੇ ਮੇਲੇ ਤੇ ਲਈ ਫਿਰਦੇ ਹੁੰਦੇ ਆ ਬਤਕਾਂ ਚੁਰਚਰੇ ਉੱਥੋਂ ਆ ਕੇ ਤੇ ਇੱਧਰ ਮੰਨ ਲਾ ਵੀ ਸੇਲ ਕਰ ਜਾਂਦੇ ਹੋ ਫਿਰ ਇੱਧਰ ਬਰੀਡ ਹੋਈ ਜਾਂਦੀ ਹੈ ਦੁਕਾਨ ਤਾਂ ਆਲਮੋਸਟ ਜਿੰਨੀਆਂ ਵੀ ਵੈਰਾਈਟੀਆਂ ਇੰਡੀਆ ਦੇ ਵਿੱਚ ਮੰਨ ਲਾ ਵੀ ਪ੍ਰੋਡਿਊਸ ਹੋ ਚੁੱਕੀਆਂ ਬਰੀਡ ਹੋ ਚੁੱਕੀ ਆ ਹੁਣ ਨਹੀਂ ਮੇਰੇ ਹਿਸਾਬ ਨਾਲ ਆ ਤੋਤੇ ਤੂਤੇ ਜ਼ਰੂਰ ਆ ਫੈਂਸੀ ਜਿਹੜੇ ਲੀਗਲ ਆ ਮਕਾਉ ਮਕੂ ਉਹ ਬਾਹਰੋਂ ਆਈ ਜਾਂਦੇ ਆ ਤੇ ਨਹੀਂ ਇੰਡੀਆ ਦੇ ਵਿੱਚ ਇਹ ਆਲਮੋਸਟ ਸਾਰਾ ਕੁਝ ਮਿਲ ਜਾਂਦਾ ਬਿਲਕੁਲ ਮਿਲ ਜਾਂਦਾ ਐਡੀ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਬਿਲਕੁਲ ਤੇ ਸੋਹਣੀਆਂ ਵੀ ਲੱਗਦੀਆਂ ਨਾ ਬਾਈ ਸੋਹਣੀਆਂ ਲੱਗਦੀਆਂ ਬਿਲਕੁਲ ਲੱਗਦੀਆਂ ਇੱਕ ਤਾਂ ਖਲਾਰਾ ਜਾਂ ਨਹੀਂ ਬੜਾ ਪਾਉਂਦੀਆਂ ਇਹ ਨਹੀਂ ਖਲਾਰਾ ਨਹੀਂ ਖਲਾਰਾ ਪਾਉਂਦੀਆਂ ਬਾਲੀਆਂ ਰਾਖੀ ਵਾਸਤੇ ਬਹੁਤ ਬੰਦੇ ਡਿਮਾਂਡ ਕਰਦੇ ਪੀਲਾ ਰੰਗ ਤੇ ਮੂੰਹ ਤੇ ਹਨਾ ਚੁੰਝ ਪੀਲੀ ਇਹਦੇ ਵਿੱਚ ਕਲਰ ਆਉਂਦੇ ਆ ਬਾਈ ਬਰਾਊਨ ਵੀ ਆਉਂਦਾ ਕਲਰ ਇਹਦੇ ਵਿੱਚ ਉਹਦਾ ਰੇਟ ਇਹ ਤੋਂ ਥੋੜਾ ਜਿਹਾ ਜ਼ਿਆਦੇ ਆ ਹਾਂ ਮਤਲਬ ਕੋਈ ਥੋੜਾ ਜਿਹਾ ਫਰਕ ਹੁੰਦਾ ਤੇ ਪਰ ਇਹ ਡਿਮਾਂਡ ਇਹਦੀ ਕਰਦੇ ਆ ਲੋਕ ਜ਼ਿਆਦਾ ਹਾਂ ਜਿਹੜੇ ਵੱਡੇ ਫਾਰਮ ਹਨ ਉੱਥੇ ਡਿਮਾਂਡ ਇਹਨਾਂ ਦੀ ਕਰਦੇ ਠੀਕ ਆ ਇਹ ਸੰਭਾਲਣੀਆਂ ਸੌਖੀ ਹੈ ਕੋਈ ਔਖਾ ਕੰਮ ਨਹੀਂ ਕੋਈ ਔਖਾ ਨਹੀਂ ਬਾਈ ਸੰਭਾਲ ਇਹ ਵੀ ਘੱਟੋ ਘੱਟ ਮੈਂ ਕਹਿੰਦਾ ਦੋ ਚਾਰ ਪੇਅਰ ਹੋਣੇ ਚਾਹੀਦੇ ਆ ਘੱਟੋ ਘੱਟ ਕੇ ਨਹੀਂ ਨਹੀਂ ਦੋ ਚਾਰ ਨਹੀਂ ਤਾਂ ਇੱਕ ਇੱਕ ਬਰੀਡ ਦਾ ਤਾਂ ਇੱਕ ਇੱਕ ਪੇਅਰ ਤਾਂ ਲਾਜ਼ਮੀ ਹੈ ਨਾ ਸਾਰਾ ਮਿਕਸ ਜੇ ਤੁਰੇ ਫਿਰਦੇ ਸੋਹਣੇ ਲੱਗਦੇ ਸੋਹਣੇ ਲੱਗਦੇ ਤੁਰੇ ਫਿਰਦੇ ਹਾਂ ਸਹੀ ਗੱਲ ਆ ਬਈ ਹੁਣ ਆ ਵਿਹੜੇ 'ਚ ਫਿਰਦੇ ਵਧੀਆ ਲੱਗਦੇ ਇਹ ਖੁਦ ਸੋਹਣੇ ਲੱਗਦੇ ਬਾਈ ਹਰਪੇ ਜਦੋਂ ਇਹਨਾਂ ਨੇ ਬੱਚੇ ਕੱਢ ਲੈ ਨਾ ਇਹਨਾਂ ਦੇ ਮਗਰ ਐ ਬੱਚੇ ਐ ਲਾਈਨ ਬਣਾ ਕੇ ਜਾਂਦੇ ਆ ਉਹ ਇਦੋਂ ਵੀ ਜ਼ਿਆਦਾ ਸੋਹਣੇ ਲੱਗਦੇ ਉਹ ਵੀ ਦੇਖਣ ਨੇ ਆ ਉਹ ਵੀ ਇੱਕ ਵੱਖਰਾ ਨਜ਼ਾਰਾ ਵੱਖਰਾ ਨਜ਼ਾਰਾ ਉਹ ਇਹਨਾਂ ਨੂੰ ਵੀ ਯਾਰ ਆਪਦੇ ਪੁੱਤਾਂ ਨੂੰ ਮਾਹੌਲ ਦਿਓ ਵਧੀਆ ਬਿਲਕੁਲ ਬਿਲਕੁਲ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਰਹਿਣਾ ਵੀ ਇਹਨਾਂ ਨੂੰ ਬਹੁਤ ਉਮੀਦਾਂ ਆਪਣੇ ਤੋਂ ਹਾਂ ਇਨਸਾਨ ਤੋਂ ਵੱਧ ਉਮੀਦਾਂ ਇਹ ਧੋਖਾ ਨਹੀਂ ਦਿੰਦੇ ਕਦੇ ਵੀ ਬੰਦੇ ਨੂੰ ਇੱਕ ਨਾ ਲੰਮੀ ਜੀ ਧੌਣ ਪਾ ਕੇ ਮਗਰ ਪੈ ਜਾਂਦੀਆਂ ਹੁੰਦੀਆਂ ਸੀ ਆਹੀ ਕਿਹੜੇ ਆ ਆਹੀ ਆ ਜਦੋਂ ਇਹਨਾਂ ਦੇ ਬੱਚੇ ਨਿਕਲੇ ਹੋਣ ਇਹ ਨਾ ਕੁੱਤੇ ਨੂੰ ਨਾ ਬੰਦੇ ਨੂੰ ਕਿਸੇ ਨੂੰ ਨਹੀਂ ਨੇੜੇ ਹੋ ਦਿੰਦੇ ਉਹ ਐ ਲੰਮੀ ਜੀ ਧੌਣ ਕਰਕੇ ਨਾ ਉਹ ਦੋ ਪੰਗੂ ਬਣਾ ਕੇ ਇਹੀ ਆ ਰਾਜਾਂ ਇਹੀ ਆ ਉਹ ਜਵਾਕਾਂ ਦੇ ਮਗਰ ਵੀ ਪੈ ਜਾਂਦੀਆਂ ਨਾ ਉਹ ਤਾਂ ਹੀ ਪੈਂਦੀਆਂ ਜਵਾਕ ਚੀਜ਼ ਘੜਾ ਪਾਉਂਦੇ ਆ ਫਿਰ ਉਹ ਲੈ ਤਾਂ ਲੈਂਦਾ ਅਗਲਾ ਇਹਦੇ ਬੱਚੇ ਬੁੱਚੇ ਕਰ ਫਿਰ ਇਹਨਾਂ ਨੇ ਤਾਂ ਰਾਖੀ ਕਰਨੀ ਹੈ ਨਾ ਬਾਈ ਆ ਹਾਂ ਇਹਨਾਂ ਨੇ ਕਰਨੀ ਡਿਫੈਂਸ ਤਾਂ ਇਹਨਾਂ ਨੇ ਤਾਂ ਸੇਫਟੀ ਰੱਖਣੀ ਹੈ ਨਾ ਉਹਦੇ ਬੱਚਿਆਂ ਦੀ ਸਹੀ ਗੱਲ ਉਹ ਤਾਂ ਆਪਾਂ ਨੂੰ ਇੰਨਾ ਕਿ ਚਾਹੀਦਾ ਵੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਇਦਾਂ ਬੱਚੇ ਨੂੰ ਨਹੀਂ ਭੇਜਣਾ ਚਾਹੀਦਾ ਨੇੜੇ ਉਦਾਂ ਕੁਝ ਨਹੀਂ ਕਹਿੰਦੇ ਕੋਈ ਹੋਰ ਆਖਰ ਤੇ ਇਹਨਾਂ ਬਾਰੇ ਕੋਈ ਸਾਰਾਂ ਬਾਰੇ ਕੋਈ ਖਾਸ ਗੱਲ ਦੱਸਣੀ ਹੋਵੇ ਬਸ ਬਾਈ ਮੈਂ ਤਾਂ ਇਹੀ ਕਹਿਣਾ ਵੀ ਰੱਖੋ ਵਧੀਆ ਸ਼ੌਂਕ ਹੈ ਬਿਜ਼ਨਸ ਵੀ ਹੈ ਤੇ ਵਧੀਆ ਟਾਈਮ ਪਾਸ ਆ ਤੇ ਵਧੀਆ ਵੱਖਰਾ ਨਜ਼ਾਰਾ ਹਨਾ ਤੇ ਨਸ਼ਿਆਂ ਨਾਲੋਂ ਲੜਾਈਆਂ ਪੜਾਈਆਂ ਨਾਲੋਂ ਬਹੁਤ ਚੰਗਾ ਸ਼ੌਂਕ ਆ ਮੇਰੇ ਦਾ ਬਹੁਤ ਚੰਗੇ ਵਧੀਆ ਦੇਖੋ ਆ ਫਿਰਦੀਆਂ ਇੱਥੇ ਦੱਸੋ ਦੇਖੋ ਕਿੱਡੀ ਸੋਹਣੀ ਰੌਣਕ ਲਾਈਨ ਬਣਾ ਕੇ ਤੁਰੀਆਂ ਫਿਰਦੀਆਂ ਹਾਂਜੀ 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 ਸੋ ਵੀਰੇ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਸ਼ੁਕਰੀਆ ਮਿਹਰਬਾਨੀ ਦਰਸ਼ਕੋ ਮਿਲਦੇ ਆ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਧੰਨਵਾਦ ਮਿਹਰਬਾਨੀ